मेरा चेता ही भुल गया नेरा वाला हो गया सी जाना मैं चाबी चाके लको लेनी मैं देनी नी चाबी हम तो चले चले हम तो चले हम तो ना तम तो चले चूदा हम तम तो दा होया मैं ते डैडी ता चले बिट्टू कोले पैसे लैन जांदे आ हे होर की है देखदियां गाड़ी तवा के लेउनी है नहीं नहीं असि तो कुछ नहीं करना ओ तवाउण वाली आ बैच ओदे बाला गांदा नहीं 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 क्यों तो नहीं नहीं असि तो नहीं फिर नाल तवा चल धोलो कर ले धोलो दूजे दिन साग जा धर लैंदी है एवं पता नहीं किदां दा तोड़िया वे कल तोड़ के लाया आहो मेथे तेनू अंदर इन्ने लै के दित्ते किथे आहो रोटियां नहीं दो बार पाए एक केरी पाई आ जिन्नी कीती हां चल छेती कर फिर आपां शहर जाना जवाक नूं डायल करके हुण बस हुण तू तां सब्जी आए भरती आ पूरी कौली गाजर पा के बना दे आहो ते आ वेख ला तू भारी बाढ़ दी मेनू पुछ के भरदी भी इन्नी क पा ना हां लै बाली भर दंदी आ अद्धी करसी क्यों नहीं सी अद्धी करसी तां विच पई होनी आ गप मारदी रही चक एदा फोन ना ट्रैक गया मैं ताही नहीं रिचार्ज करा के दिंदा सीगा मैनू पता सी दो मिनट बाद आहो आउणा या लाउणा तां है नहीं किसे नूं हेलो ਹੁਣ ਹੈਪੀ ਹੋਊ ਬੇਲੜ ਚੱਕ ਲਾ ਡੈਡੀ ਤਾਂ ਸਾਰਿਆਂ ਨੇ ਫੋਨ ਘੁਮਾਈ ਜਾਂਦਾ ਡੈਡੀ ਤਾਂ ਵੇਲਾ ਬੈਠਾ ਹੈ ਧੀ ਆ ਨਾ ਸਾਰਿਆਂ ਜਵਾਬ ਦੇ ਦਾ ਨਾ ਪੁੱਛਣਾ ਜਵਾਬ ਦੇ ਤੱਕ ਨਹੀਂ ਦੇਤਾ ਫੋਨ ਲਾਈ ਜਾਂਦਾ ਸਾਰਿਆਂ ਚੁੱਪ ਕਰੋ ਅਸੀਂ ਗਵਾਇਆ ਤਾਂ ਨਹੀਂ ਹੈਗਾ ਵਾ ਤੂੰ ਪੈਨਸ਼ਨ ਦੀ ਬੰਮੀ ਫੜਦੀ ਹੁੰਦੀ ਸਹੀ ਗੱਲ ਆ ਬਚਣਾ ਕੁਛ ਵੀ ਨੀ
बिट्टू तो फड़ के लिया आहो पैसे 8000 तो लैण आला हजे बल्ब लेके आया एक फिर 8000 लेना जी 250 कढ़ दो फिर बाकी चोकर तो 700 दे चोकर आ गया लो 1000 रुपया हो गया चलो बाकी 7000 उदू बाद आत्मा भी नहीं आया अपने घरे डैडी का वाले गप मार ਉਹੀ ਮਾਰੀ ਜਾਂਦਾ ਹਨਾ ਬੋਲਦਾ ਡੈਰੀ ਵਾਲੇ ਕਿੱਥੇ ਗਏ ਪੈਸੇ ਡੈਰੀ ਵਾਲੇ ਦਸੀ ਵਾਲੇ ਲੈ ਨਾਲੇ ਤਾਂ ਗਾਂ ਲੈ ਨਗਦ ਨੀ ਲੈ ਕੇ ਆਉਂਦੀ ਮੰਮੀ ਫਿਰ ਇਹਦੇ ਡੈਡੀ ਕਹਿੰਦੇ ਦੇਣੇ ਸੀ ਪੈਸੇ ਫਿਰ हरियाणे हुण की करनी आना बकरे बुकरे होर काम बस हुण बैठे हो ना वेले हुण काम करन दी उमर आ काम करना हुण नाले तेरी पेंशन जुड़ी जाओ है हाँ इन मार्च च ले ही जाना बस फिर इन इधर लैके आना जिन्ना मर्जी कही जाए मैं जाना नहीं बस ओरी ए बैग पैक कर देने उले उले हां उधरों ए फिर बिट्टू होना वीडियो कॉल ते दिखा दया करा गे जेड़े बाबे दा गल कर लो हां नहीं लोट तो उत्थे ही आउंदा जाके डैडी ए ए इधर
ਸਹੀ ਗੱਲ ਆ ਨਾਲੇ ਪੀਜ਼ਾ ਖਾ ਕੇ ਆਉਂਦਾ ਹੈ ਨਾਲੇ ਪੀਜ਼ਾ ਖਾਇਆ ਕਰੂ ਉੱਥੇ ਉੱਥੇ ਹੀ ਗੱਜ ਕੇ ਆਇਆ ਪੁੱਠਾ ਪੀਜ਼ੇ ਵਾਲਾ ਤਾਂ ਫਿਰ ਮੈਂ ਤਾਂ ਆਪ ਨੀ ਜਾਣਾ ਜੇ ਤੂੰ ਨੀ ਜਾਣਾ ਆਪਾਂ ਤਾਂ ਆਪ ਇੱਥੇ ਹੀ ਰਹਾਂਗੇ ਫਿਰ ਆ ਤੂੰ ਆ ਹੋਈ ਜਾਂਦਾ ਯਾਰ ਦੂਜੀਆਂ ਰੂੰਜੀ ਵਾਲੀਆਂ ਕਿੱਥੇ ਇੰਨੀਆਂ ਪਈਆਂ ਸੀ ਰੂੰਜੀ ਵਾਲੀਆਂ ਲੱਗੇ ਜੇ ਕਿੱਥੇ ਆ ਕਿੱਥੇ ਜਾਣਾ ਮਾਮੇ ਕੈਨੇਡਾ ਨੇ ਕਰਤੇ ਬੰਦ 2 ਸਾਲਾਂ ਲਈ ਹਜੇ ਤਾਂ ਸਤੰਬਰ ਚ ਕਰਨੇ ਆ ਉਹ ਤਾਂ ਸਟੂਡੈਂਟਾਂ ਲਈ ਆ ਦੂਜੇ ਤਾਂ ਜਾ ਸਕਦੇ ਆ ਵਰਕ ਪਰਮਿਟ ਵਾਲੇ ਤਾਂ ਜਾਣਗੇ ਇਹ ਤਾਂ ਇੰਗਲੈਂਡ ਹੀ ਤੋਰਦਾ ਇਹਨੂੰ ਤਾਂ ਡੈਡੀ ਕਹਿੰਦਾ ਮੇਰਾ ਤਾਂ ਆਪ ਇਹਨੂੰ ਵੀ ਨਾਲ ਹੀ ਲੈ ਚੱਲਾਂਗੇ ਆਪਾਂ ਸਾਰੇ ਜਾਣੀ ਚੱਲਾਂਗੇ ਹੈ ਕਿਹਨੂੰ ਕਿਉਂ ਆ ਡੈਡੀ ਬਾਹਰ ਖੋਲੀ ਬਾਹਰਲੇ ਘਰ ਵਾਲਾ ਮੈਂ ਜਾਣਾ ਤੂੰ ਕਿੱਥੇ ਜਾਣਾ ਮੈਂ ਉਹ ਮਾਣੂ ਕੇ ਜਾਣਾ ਚਾਰ ਤਾਂ ਆਥਣੇ ਮੰਮੀ ਦੀ ਵਾਰੀ ਹੁੰਦੀ ਆ ਆਪਾਂ ਸਵੇਰੇ ਚੋ ਲਈਦੀ ਆਪਦੀ ਚੱਲ ਕੋਈ ਗੱਲ ਨੀ ਕਰਨਾ ਕਿਤੇ ਕਿਉਂ ਕਿਉਂ ਕਰੇ ਸਵੇਰ ਤਾਂ ਉਈ ਵੱਜ ਜਾਂਦੇ ਆ ਕੋਈ ਨਾ ਨਿੱਕੇ ਉਦੋਂ ਨੂੰ ਕੋਈ ਹੋਰ ਤੋੜ ਕੇ ਲੈ ਜੂਗਾ ਹਾਂ ਉਹ ਤੋੜ ਆਪਣੇ ਵਾਲੇ ਪਾ ਅੱਜ ਘਰ ਵਾਲੇ ਕੱਢ ਲਾ ਫੁੱਲ ਕੇ ਹੋਰ ਨੇ ਕਢਾ ਦੇਣੇ ਫੁੱਲ ਕੀ ਉਦੋਂ ਤੈਨੂੰ ਬੂਟੇ ਵੀ ਨੀ ਮਿਲਣੇ ਮੇਥੇ ਤੂੰ ਫੁੱਲਾਂ ਦੀ ਗੱਲ ਕਰਦੀ ਰੋਜ ਸਾਗ ਧਰ ਲੈਂਦੀ ਆ ਜਦੋਂ ਮਰ ਗਈ ਨਾ ਫਿਰ ਸਾਗ ਨੂੰ ਕੀ ਫਿਰ ਰੋਟੀਆਂ ਨੂੰ ਵੀ ਤਰਸਿਆ ਕਰੋਗੇ ਸਾਗ ਨੂੰ ਤਾਂ ਤਰਸਣਾ ਹੀ ਆ ਵੀ ਸਾਡੀ ਬੁੜੀ ਸੀ ਸਾਗ ਧਰੀ ਰੱਖਦੀ ਸੀ ਸਾਡੇ ਬੁੜੀਆਂ ਰੇਸ਼ਾਂ ਕਰ ਲਾਉਂਦੀਆਂ ਗੱਲਾਂ ਕਰਦੀ ਆ ਹੋਰ ਤੁਹਾਡੇ ਬੁੜੇ ਰੇਸ਼ਾਂ ਕਿੱਥੋਂ ਕਰ ਲਾਉਂਦੀਆਂ ਦਰਾਣੀ ਜਠਾਣੀ ਭੈਣ ਜੋ ਟੋਕਰਾ ਵੀ ਨਹੀਂ ਚੁਕਾ ਜਾਂਦਾ ਕਦੋਂ ਆਏ ਅਸੀਂ ਕਦੋਂ ਪਹਿਨੇ ਤੇਰੀ ਫੁੱਲੀ ਬੁੜੀ ਦੀ ਰੀਸਾਂ ਕਰਦਾ ਮਾਰਦੀਆਂ ਗੱਲਾਂ
ਮਰਨਾ ਜੰਮਣਾ ਤਾਂ ਬਣਿਆ ਹੀ ਆਇਆ ਉਹਦਾ ਤਾਂ ਰੌਲਾ ਨੀ ਗੱਲ ਤਾਂ ਕਰਦੇ ਵੀ ਜਿਹੜੀ ਸਾਗ ਸਾਗ ਤਲੇ ਹੁਣ ਫੜਾ ਦਿੰਦੀ ਦੇ ਦਿੰਦੀ ਚੁਕਾ ਦਿੰਦੀ ਆ ਤੀਜੇ ਦਿਨ ਧਰ ਲੂਗੀ ਬਹਾਨਾ ਫਿਰ ਇਹਨੂੰ ਆਪਣਾ ਮਿਲਿਆ ਵਾ ਵੀ ਆਪ ਧੂ ਖੜੇ ਲਾ ਲੈਂਦੇ ਆ ਆਹ ਸਾਰੀ ਦਿਹਾੜੀ ਚੱਲਣਾ ਹੁਣ ਬਾਲਣ ਚ ਹੈ ਹੁਣ ਨੀ ਬੋਲਦੀ ਉਹਨੂੰ ਪਤਾ ਵਾ ਵੀ ਚੱਲਦਾ ਵਾ ਸਾਗ ਤੇ ਸਾਰੀ ਦਿਹਾੜੀ ਬਾਲਣ ਇਹਦਾ ਪਸ਼ੂਆਂ ਦੇ ਚਾਰ ਵਾਲਾ ਕੰਮ ਆ ਮੈਂ ਇੱਥੇ ਨੀ ਮੈਂ ਹੁਣ ਚੱਲਿਆ ਮਾਣੂ ਕਹਿਣ ਮੈਂ ਤਾਂ ਮਾਣੂ ਕਹਿਣ ਜਾਣਾ ਮੈਂ ਗੱਡੀ ਧਵਾਉਣੀ ਅੰਦਰ ਬੜਾ ਓਹਦੇ ਮੈਂ ਗੰਦ ਚੜਿਆ ਗੱਡੀ ਦੇ ਵਿਚ ਪੈਰ ਲਿਬੜੇ ਵਾਲੇ ਕਿਸੇ ਦੇ ਭੈਣ ਦੇ ਬਾਜੂ ਬਹਿ ਜਾਂਦੇ ਤੇ ਹੁਣ ਪੈਰ ਹੁਣ ਬਾਹਰ ਕੀ ਲੈ ਕੇ ਲਾ ਗਈ ਬਈ ਜੁੱਤੀ ਝਾੜ ਕੇ ਹੋਰ ਇਹ ਤਾਂ ਆਪ ਉਵੇਂ ਬਹਿ ਜਾਂਦੀ ਹੈ ਇਹਨੇ ਕਹਿਣ ਹਾਂ ਕਿੱਥੇ ਦਾਖਲ ਕਰਾ ਕੇ ਆਉਣਾ ਕਿਹੜੇ ਸਕੂਲ ਪਤਾ ਨੀ ਮੈਂ ਆਈ ਉਈ ਲੈਸ ਨਹੀਂ ਹੋਣਾ ਖਾਣਾ ਮੈਥੋਂ ਆਈ ਲੈਸ ਵਾਲੇ ਚ ਆਪਾਂ ਕਰਨਾ ਵੀ ਨਹੀਂ ਆਈ ਲੈਸ ਗੱਲ ਸਿਆਣੀ ਆ ਮੈਨੂੰ ਆਪਣੀ ਗੱਲ ਮੇਰੇ ਲੱਗ ਗਈ ਮਨ ਉਹ ਕਹਿੰਦਾ ਕਿਸੇ ਦੇ ਸਿਰ ਤੇ ਨਾ ਗੱਬਰ ਛਾਲਾ ਮਾਰੋ ਕਹਿੰਦਾ ਆਪਦੇ ਆਪ ਮਾੜਾ ਮੋਟਾ ਆਪਦਾ ਕੰਮ ਕਰੋ ਉੱਥੇ ਆਪਾਂ ਮੇਰੇ ਵਰਗੇ ਸਿਰ ਤੇ ਪੈਂਦੇ ਆ